ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਵਿੱਚ, ਜਿਸ ਦਾ ਨਾਮ ਹੈ ਅਮਿਤ ਜਿੰਦਲ, ਜਿਸ ਵਿੱਚ ਤੁਸੀਂ ਤਿਆਰੀ ਕਰ ਰਹੇ ਹੋ ਮਾਸਟਰ ਕਾਡਰ ਪੰਜਾਬੀ ਪੀਟੈਟ ਸੀਟੈਟ ਐਚਟੈਟ ਲੈਵਲ 2 ਅਤੇ ਲੈਵਲ 3 ਦੀ। ਦੋਸਤੋ, ਬੋਰਡ ਆਫ ਸਕੂਲ ਐਜੂਕੇਸ਼ਨ ਹਰਿਆਣਾ ਦੀ ਤਰਫ ਤੋਂ ਬਹੁਤ ਵੱਡੀ ਅਪਡੇਟ ਆ ਰਹੀ ਹੈ ਕਿ ਜੋ ਐਚਟੈਟ 2019 16 ਅਤੇ 17 ਸਤੰਬਰ ਨੂੰ ਪੇਪਰ ਲਿਆ ਗਿਆ ਸੀ, ਉਹਦਾ ਰਿਜ਼ਲਟ ਅੱਜ ਮਿਤੀ 9 ਜਨਵਰੀ 2020 ਨੂੰ ਬੋਰਡ ਦੀ ਓਫੀਸ਼ੀਅਲ ਵੈਬਸਾਈਟ ਦੇ ਉੱਪਰ ਪਾ ਦਿੱਤਾ ਗਿਆ ਹੈ। ਹਾਂਜੀ, ਉਸ ਵੈਬਸਾਈਟ ਦਾ ਨਾਮ ਹੈ www.bseh.org.in। ਉਹਦੇ ਉੱਪਰ ਅਪਲੋਡ ਕਰ ਦਿੱਤਾ ਗਿਆ। ਬੋਰਡ ਵੱਲੋਂ ਦੱਸਿਆ ਗਿਆ ਕਿ PRT ਦਾ ਪਾਸ ਪ੍ਰਤੀਸ਼ਤ ਹੈ ਜੋ 9.79%, TGT ਦੀ ਪਾਸ ਪ੍ਰਤੀਸ਼ਤ ਹੈ 10.76%, ਅਤੇ PGT ਦੀ ਪਾਸ ਪ੍ਰਤੀਸ਼ਤ ਹੈ ਜੋ ਉਹ ਹੈ 4.23%। ਇਸ ਤਰ੍ਹਾਂ ਲੈਵਲ 1, ਲੈਵਲ 2 ਅਤੇ ਲੈਵਲ 3 ਤਿੰਨੋਂ ਦਾ ਰਿਜ਼ਲਟ ਹੈ ਜੋ ਬੋਰਡ ਦੀ ਓਫੀਸ਼ੀਅਲ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤਾ ਗਿਆ, ਅਤੇ ਨਾਲ ਲਿਖਿਆ ਕਿ ਪਰਿਣਾਮ ਨੂੰ ਅਪਲੋਡ ਕਰਦੇ ਵਕਤ ਜਾਂ ਕਿਸੇ ਹੋਰ ਪ੍ਰਕਾਰ ਦੀ ਤਕਨੀਕੀ ਤਰੁੱਟੀ ਹੋਣ ਦੀ ਅਵਸਥਾ ਦੇ ਵਿੱਚ ਬੋਰਡ ਕੋਲ ਇਹ ਅਧਿਕਾਰ ਹੈ ਕਿ ਰਿਜ਼ਲਟ ਨੂੰ ਉਹ ਵਾਪਸ ਲੈ ਸਕਦਾ। ਤਾਂ ਦੋਸਤੋ, ਹੁਣੇ ਹਰਿਆਣਾ ਵਿਦਿਆਲਿਆ ਸਿੱਖਿਆ ਬੋਰਡ ਭਿਵਾਨੀ ਪ੍ਰੈਸ ਨੋਟ ਆਇਆ, ਰਿਜ਼ਲਟ ਹੈ ਜੋ ਅਪਲੋਡ ਕੀਤਾ ਜਾ ਚੁੱਕਿਆ, ਜੋ ਨਵੰਬਰ ਦੇ ਵਿੱਚ ਹੋਈ ਸੀ ਪ੍ਰੀਖਿਆ। ਤਾਂ ਦੋਸਤੋ, ਉਹ ਰਿਜ਼ਲਟ ਕਿਸ ਤਰ੍ਹਾਂ ਚੈੱਕ ਕਰਨਾ, ਤੁਹਾਨੂੰ ਬੋਰਡ ਦੀ ਵੈਬਸਾਈਟ ਤੋਂ ਲੈ ਕੇ ਜਾਂਦੇ ਹਾਂ। ਹਾਂਜੀ, ਉਹਦੇ ਲਈ ਦੋਸਤੋ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਬਰਾਊਜ਼ਰ ਖੋਲ੍ਹਣਾ ਹੈ, ਗੂਗਲ ਬਰਾਊਜ਼ਰ ਹੈ ਜੋ, ਉਹਦੇ ਵਿੱਚ ਟਾਈਪ ਕਰਨਾ www.bseh.org, ਅਤੇ ਉਸ ਤੋਂ ਬਾਅਦ ਪ੍ਰੈਸ ਕਰ ਦੇਣਾ ਬਟਨ, ਅਤੇ ਉਸ ਤੋਂ ਬਾਅਦ ਇੰਟਰਫੇਸ ਖੁੱਲ੍ਹੇਗਾ ਹਰਿਆਣਾ ਵਿਦਿਆਲਿਆ ਸਿੱਖਿਆ ਬੋਰਡ, ਬੋਰਡ ਆਫ ਸਕੂਲ ਐਜੂਕੇਸ਼ਨ ਹਰਿਆਣਾ। ਇਹ ਨਿਊ ਵੈਬਸਾਈਟ ਬਣਾਈ ਹੈ ਉਹਨਾਂ ਨੇ, ਇੱਕ ਪਾਸੇ ਐਂਟਰ ਵੈਬਸਾਈਟ ਕਰਕੇ ਤੁਸੀਂ ਨੋਟੀਫਿਕੇਸ਼ਨ ਵਗੈਰਾ ਚੈੱਕ ਕਰ ਸਕਦੇ ਹੋ, ਅਤੇ ਆਪਣੇ ਰਿਜ਼ਲਟ ਦੇਖਣਾ। ਆਪਾਂ ਵਿਊ ਰਿਜ਼ਲਟ ਦੇ ਵਿੱਚ ਜਾਵਾਂਗੇ, ਤਾਂ ਵਿਊ ਰਿਜ਼ਲਟ ਦੇ ਵਿੱਚ ਜਾਣ ਤੋਂ ਬਾਅਦ ਇਹਨੂੰ ਪ੍ਰੈਸ ਕਰਕੇ ਨੀਚੇ ਲੈ ਕੇ ਜਾਣਾ। ਤਾਂ ਇਹਦੇ ਵਿੱਚ ਇਹਨਾਂ ਨੇ ਪੁੱਛਿਆ ਕੋਰਸ ਕੱਲ੍ਹ ਦੀ ਮਿਤੀ ਦੇ ਵਿੱਚ ਜੋ ਰਿਵਾਈਜ਼ਡ ਰੋਹੀ ਸਕੂਲ ਦਾ ਰਿਜ਼ਲਟ ਸੀ ਜੋ ਅਪਲੋਡ ਕੀਤਾ ਗਿਆ ਸੀ, ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ, ਅਤੇ ਦੇਖ ਸਕਦੇ ਹੋ ਕਿ ਐਚਟੈਟ ਲੈਵਲ 1, ਲੈਵਲ 2 ਅਤੇ ਲੈਵਲ 3 ਤਿੰਨਾਂ ਦਾ ਰਿਜ਼ਲਟ ਹੈ ਜੋ ਅਪਲੋਡ ਕੀਤਾ ਜਾ ਚੁੱਕਿਆ। ਤੁਸੀਂ ਜਿਹੜਾ ਵੀ ਲੈਵਲ ਭਰਿਆ ਉਹਦੇ ਉੱਪਰ ਕਲਿੱਕ ਕਰ ਸਕਦੇ ਹੋ, ਜਿਵੇਂ ਲੈਵਲ 2 ਹੈ, ਪ੍ਰੈਸ ਕਰਨ ਤੋਂ ਬਾਅਦ ਨੀਚੇ ਤੁਸੀਂ ਆਪਣਾ ਰੋਲ ਨੰਬਰ ਐਂਟਰ ਕਰਨ ਤੋਂ ਬਾਅਦ ਤੁਸੀਂ ਸਬਮਿਟ ਕਰੋਗੇ, ਤਾਂ ਉਹਦੇ ਨੀਚੇ ਤੁਹਾਡਾ ਰਿਜ਼ਲਟ ਹੈ ਜੋ ਇੰਟਰਫੇਸ ਆ ਜਾਏਗਾ, ਉਹਦੇ ਵਿੱਚ ਤੁਹਾਡਾ ਰਿਜ਼ਲਟ ਆਊਗਾ, ਜਿਹਦੇ ਵਿੱਚ ਸਾਰੇ ਮਾਰਕਸ ਡਿਟੇਲ ਦੇ ਵਿੱਚ ਦੱਸੇ ਗਏ ਨੇ, ਜਿਹਦੇ ਵਿੱਚ ਤੁਹਾਡੀ ਪੂਰੀ ਡਿਟੇਲ ਹੈ, ਅਤੇ ਡਿਟੇਲ ਹੈ ਜੋ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ। ਹਾਂਜੀ ਦੋਸਤੋ, ਇਸ ਤਰ੍ਹਾਂ ਰਿਜ਼ਲਟ ਰੋਲ ਨੰਬਰ ਭਰਨ ਤੋਂ ਬਾਅਦ ਸਬਮਿਟ ਦਾ ਬਟਨ ਦਬਾਓਗੇ ਤਾਂ ਨੀਚੇ ਹੈ ਜੋ ਤੁਹਾਡਾ ਉਹ ਰਿਜ਼ਲਟ ਸ਼ੋ ਹੋਣਾ ਸ਼ੁਰੂ ਹੋ ਜਾਏਗਾ, ਜਿਸ ਵਿੱਚ ਤੁਹਾਡਾ ਰੋਲ ਨੰਬਰ, ਨੇਮ, ਫਾਦਰ ਨੇਮ, ਮਦਰ ਨੇਮ, ਕਾਸਟ ਦੱਸੀ ਗਈ ਹੈ, ਡਿਸਟ੍ਰਿਕਟ ਦੱਸਿਆ ਗਿਆ, ਲੈਵਲ ਦੱਸਿਆ ਗਿਆ, ਸਬਜੈਕਟ ਦੱਸਿਆ ਗਿਆ, ਅਤੇ ਅੱਗੇ ਮਾਰਕਸ 1, ਮਾਰਕਸ 2, ਮਾਰਕਸ 3 ਅਤੇ ਮਾਰਕਸ 4 ਦੱਸੇ ਗਏ ਨੇ, ਅਤੇ ਫਾਈਨਲ ਰਿਜ਼ਲਟ ਦੱਸਿਆ ਗਿਆ, ਟੋਟਲ ਮਾਰਕਸ ਦੱਸੇ ਗਏ ਨੇ, ਅਤੇ ਰਿਜ਼ਲਟ ਦੱਸਿਆ ਗਿਆ, ਅਤੇ ਨੀਚੇ ਜਿਨ੍ਹਾਂ ਦਾ ਕੁਆਲੀਫਾਈ ਹੈ ਉਹਨਾਂ ਦਾ ਕੰਗਰੈਚੁਲੇਸ਼ਨਸ ਵੀ ਉਹਨਾਂ ਨੂੰ ਦਿੱਤੀ ਗਈ ਹੈ। ਤਾਂ ਦੋਸਤੋ, ਇਸ ਤਰ੍ਹਾਂ ਤੁਸੀਂ ਬੋਰਡ ਦੀ ਵੈਬਸਾਈਟ ਦੇ ਉੱਪਰੋਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ। ਦੋਸਤੋ, ਐਚਟੈਟ ਲੈਵਲ 2 ਅਤੇ ਲੈਵਲ 3 ਦੀ ਤਿਆਰੀ ਦੇ ਲਈ ਮੇਰੇ ਇਸ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਅਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ, ਅਤੇ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡਾ ਰਿਜ਼ਲਟ ਕਿਸ ਤਰ੍ਹਾਂ ਦਾ ਰਿਹਾ। ਉਹਦੇ ਵਾਸਤੇ ਤੁਸੀਂ ਆਪਣਾ ਲੈਵਲ ਭਰਨਾ, ਪਹਿਲਾਂ ਲੈਵਲ ਤੋਂ ਬਾਅਦ ਸਬਜੈਕਟ ਭਰਨਾ, ਅਤੇ ਸਬਜੈਕਟ ਤੋਂ ਬਾਅਦ ਤੁਹਾਡੇ ਕਿੰਨੇ ਮਾਰਕਸ ਆਏ ਨੇ ਉਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ।